ਆਪਣੀ ਆਪਣੀ ਸੀਟ ਤੇ ਬੈਠ ਕੇ ਹੀ ਕਰੋ। ਮੈਂ ਜ਼ਿਆਦਾ ਟਾਈਮ ਨਹੀਂ ਲੈਣਾ, ਦੋ ਤਿੰਨ ਗੱਲਾਂ ਹੀ ਕਰਨੀਆਂ। ਸਭ ਤੋਂ ਪਹਿਲੇ ਪਿਛਲੇ 50 ਸਾਲ ਦਾ ਤੁਸੀਂ ਪੰਜਾਬ ਦਾ ਇਤਿਹਾਸ ਦੇਖੋ। 50 ਸਾਲ ਵਿੱਚ 22 ਸਾਲ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਰਹੇ, ਬਾਕੀ ਸਮੇਂ ਕਾਂਗਰਸ ਦੇ ਝਾੜੂ ਵਾਲੇ ਰਹੇ। ਜੋ ਕੁਛ ਵੀ ਬਣਿਆ ਪੰਜਾਬ ਉਹਨਾਂ 22 ਸਾਲਾਂ 'ਚ ਹੀ ਬਣਿਆ, ਜਿਹੜੇ ਬਾਕੀ ਸਰਕਾਰਾਂ ਦੀ ਇੱਕ ਡੱਕਾ ਨਹੀਂ ਤੋੜਿਆ। ਜਿਹੜੇ ਪੁਰਾਣੇ ਇੱਥੇ ਸੇਠ ਬੈਠੇ ਆ, ਲੋਕ ਬੈਠੇ ਆ, ਬਜ਼ੁਰਗ ਬੈਠੇ ਆ, ਯਾਦ ਕਰੋ ਬਠਿੰਡਾ ਹੁੰਦਾ ਕੀ ਸੀ 40 ਸਾਲ ਪਹਿਲੇ, ਟਿੱਬੇ ਹੁੰਦੇ ਸੀ ਇੱਥੇ, ਉੱਚੋ ਮੰਡੀ ਤੋਂ ਚੱਕ ਫਤਿਹ ਸਿੰਘ ਵਾਲਾ ਨਾਨਕੇ ਜਾਂਦਾ ਸੀ, ਉੱਠਦੀ ਗੱਡੀ ਜਾਂਦਾ ਹੁੰਦਾ ਸੀ, ਆਹ ਹਾਲਾਤ ਸੀ। ਅਤੇ ਅੱਜ ਇੱਥੇ ਖੇਤ ਹੈ, ਇੱਥੇ ਸੜਕਾਂ ਬਣ ਗਈਆਂ, ਕਿੰਨੀ ਡਿਵੈਲਪਮੈਂਟ ਹੋਈ, ਸਾਰਾ ਤੁਸੀਂ ਕੱਸੀਆਂ ਤੋਂ ਲੈ ਕੇ, ਨਹਿਰਾਂ ਤੋਂ ਲੈ ਕੇ, ਖਾਲਾਂ ਤੋਂ ਲੈ ਕੇ, ਮੰਡੀਆਂ ਤੋਂ ਲੈ ਕੇ, ਥਰਮਲ ਪਲਾਂਟਾਂ ਤੋਂ ਲੈ ਕੇ, ਏਅਰਪੋਰਟ ਤੋਂ ਲੈ ਕੇ, 4-3 ਹਾਈਵਿਆਂ ਤੋਂ ਲੈ ਕੇ, ਸਾਰੀਆਂ ਚੀਜ਼ਾਂ ਅਕਾਲੀ ਦਲ ਨੇ ਬਣਾਈਆਂ। ਅਸੀਂ ਤੁਹਾਡੇ ਕੋਲ ਇਨਸਾਫ਼ ਮੰਗਣ ਵਾਸਤੇ ਆਏ ਹਾਂ। ਆਪਣੇ 'ਚ ਬਹੁਤ ਵੱਡੀ ਕਮੀ ਹੈ ਤਜਰਬੇ ਕਰਨ ਦੀ, ਉਹ ਇਹਦੇ ਨਾਲ ਵੀ ਤਜਰਬਾ ਕਰਕੇ ਦੇਖੋ ਆ ਕੀ ਕਰਦਾ। ਫਿਰ 5-7 ਮੁੰਡੇ ਰਹਿੰਦੇ ਹੈ, ਫਿਰ ਦੂਜਾ ਆ ਜਾਂਦਾ ਹੈ, ਹਾਂ ਇਹਨੂੰ ਵੀ ਦੇਖ ਲਈਏ ਆਪਾਂ। ਜੇ ਤੁਸੀਂ ਆਪਣੀ ਫੈਕਟਰੀ ਲਾਈ ਹੈ, ਤੁਸੀਂ ਆਪਣਾ ਇੰਪਲੋਈ ਰੱਖਣਾ ਹੈ, ਘੱਟ ਘੁੱਟ ਦੇਖਦੇ ਤੁਸੀਂ ਤਜਰਬਾ ਕਿੰਨਾ ਹੈ। ਆਪਾਂ ਬਗੈਰ ਤਜਰਬੇ ਵਾਲੇ ਨੂੰ ਮੁੱਖ ਮੰਤਰੀ ਬਣਾਤਾ, ਅਤੇ ਅੱਜ ਹਾਲ ਦੇਖੋ ਕੀ ਹੋਇਆ ਪਿਆ। ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਹੜੀ ਪੋਲੀਟੀਕਲ ਪਾਰਟੀ ਘੱਟ ਹੈ, ਇੱਕ ਸੋਚ ਹੈ। ਅਕਾਲੀ ਦਲ ਦੀ ਸੋਚ ਹੈ ਪੰਜਾਬ, ਪੰਜਾਬ ਦੇ ਲੋਕ, ਸਾਰੇ ਧਰਮਾਂ ਦਾ ਸਤਿਕਾਰ, ਸਾਰਿਆਂ ਨੂੰ ਇਕੱਠੇ ਰੱਖਣਾ। ਦੂਜੀਆਂ ਪਾਰਟੀਆਂ ਇੱਕ ਧਰਮ ਦੇ ਦੂਜੇ ਨੂੰ ਲੜਾਉਣਗੀਆਂ, ਇਹਨੂੰ ਇਹਦੇ ਨਾਲ ਲੜਾਉਣਗੀਆਂ, ਸ਼ਹਿਰਾਂ ਵਾਲੇ ਨੂੰ ਪਿੰਡਾਂ ਲੜਾਉਣਗੀਆਂ। ਸਾਡਾ ਕਿ ਪੰਜਾਬ ਤਰੱਕੀ ਤਾਂ ਕਰੂਗਾ ਜੇ ਸਾਰੇ ਭਰਾ ਨੂੰ ਮੰਗੂ ਰਹਿਣਗੇ। ਬਾਦਲ ਸਾਹਿਬ ਮੁੱਖ ਮੰਤਰੀ ਰਹੇ, ਹਿੰਦੂ ਭਰਾ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ, ਮੁਸਲਿਮ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ, ਕ੍ਰਿਸਚਨ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ। ਆਹ ਫਰਕ ਹੈ, ਕਿਉਂਕਿ ਸਾਨੂੰ ਪਤਾ ਹੈ ਸਾਡੇ ਪਾਸ ਸਾਰਾ ਕੁਛ ਹੀ ਪੰਜਾਬ ਹੈ। ਆਹ ਦਿੱਲੀਆਂ ਦੀਆਂ ਪਾਰਟੀਆਂ ਇੱਥੇ ਇਕੱਲੇ ਇਲੈਕਸ਼ਨ ਜਿੱਤਣ ਵਾਸਤੇ ਆਉਂਦੇ ਹੈ, ਕੰਮ ਕਰਨ ਅਤੇ ਪੰਜਾਬ ਦੀ ਸੇਵਾ ਕਰਨ ਵਾਸਤੇ ਨਹੀਂ ਆਉਂਦੇ। ਹੁਣ ਇੱਥੇ ਤੁਹਾਡੇ ਇੱਥੇ ਗੜੇ ਪੈ ਗਏ ਅਤੇ ਮੁੱਖ ਮੰਤਰੀ ਕੇਜਰੀਵਾਲ ਨੂੰ ਖੁਸ਼ ਕਰਦਾ ਹੋਇਆ ਆਸਾਮ ਬੈਠਾ, ਹੁਣ ਕੀ ਫਿਕਰ ਹੈ? ਹੁਣ ਕਿਆ ਮੈਨੂੰ ਬੁਲਾਉਣ ਵਾਲਾ ਮੁੱਖ ਮੰਤਰੀ ਵੀ ਕੇਜਰੀਵਾਲ ਹੈ ਅਤੇ ਮੈਂ ਲੋਕਾਂ ਤੋਂ ਕੀ ਲੈਣਾ? ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਹੈ ਅਤੇ ਜਿਹੜੀਆਂ ਆਪਣੀਆਂ ਮੁਸ਼ਕਲਾਂ ਤੁਹਾਡੇ ਸਾਹਮਣੇ ਹੈ, ਜੇ ਗੱਲ ਕਰਾਉਣੀਆਂ, ਤੁਹਾਡੇ ਕੋਲ ਚਾਰਾ ਨਹੀਂ ਹੈ ਅਕਾਲੀ ਦਲ ਤੋਂ ਬਗੈਰ। ਖੇਤਰੀ ਪਾਰਟੀ ਦੀ ਅਤੇ ਨੈਸ਼ਨਲ ਪਾਰਟੀਆਂ ਦੀ ਸੋਚ ਤਾਂ ਇਹ
ਔਰ ਕਹਿੰਦੇ ਵੱਡੀ ਗੱਲ ਹੈ ਜੇ ਅਕਾਲੀ ਦਲ ਆਉਂਦਾ ਤੇ ਆਪਣੇ ਇਲਾਕੇ ਦੀ ਸਰਕਾਰ ਬਣਦੀ ਹੈ। ਆਪਣੇ ਇਲਾਕੇ ਦੀ ਸਰਕਾਰ ਬਣਨ ਦਾ ਮਤਲਬ ਹੈ ਇੱਥੇ ਇਲਾਕੇ ਦੀ, ਤੁਸੀਂ ਦੇਖੋ 10 ਸਾਲ ਚ ਨਕਸ਼ਾ ਬਦਲਦਾ ਸੀ ਇੱਥੇ ਇਲਾਕੇ ਦਾ, ਆਹ 10 ਸਾਲ ਤੁਸੀਂ ਖਰਾਬ ਕਰਦੇ। 10 ਸਾਲ ਦਾ ਮਤਲਬ ਹੈ ਜਿਹੜਾ 50 ਸਾਲ ਵਾਲਾ ਹੋਵੇ 60 ਸਾਲ ਦਾ ਹੋ ਜਾਊਗਾ, ਜ਼ਿੰਦਗੀ ਦੇ 10 ਸਾਲ ਖਰਾਬ ਕਰਦੇ। ਤੇ ਹੁਣ ਹੁਣ ਫਿਰ ਤੋਂ ਟਾਈਮ ਆਇਆ ਜੇ ਹੁਣ ਵੀ ਨਾ ਤੁਸੀਂ ਇਨਸਾਫ ਦੋਗੇ ਤੇ ਫਿਰ ਦੋਸ਼ੀ ਆਪਾਂ ਹੋਵਾਂਗੇ, ਸਿਆਸੀ ਪਾਰਟੀਆਂ ਨੂੰ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਹੀ ਗੱਲ ਫੈਸਲਾ ਕਰੀ ਜਾਂਦੇ। ਤੇ ਪੰਜਾਬ ਨੂੰ ਡਿਵੈਲਪ ਕਰਨ ਵਾਸਤੇ ਮੁੱਖ ਮੰਤਰੀ ਸਹੀ ਚੁਣਨਾ ਪੈਣਾ ਹੈ, ਜਿਹਦੀ ਸੋਚ ਡਿਵੈਲਪਮੈਂਟ ਦੀ ਹੋਵੇ, ਜਿਹਦਾ ਵੱਡਾ ਦਿਲ ਹੋਵੇ, ਜਿਹੜੀ ਵਿਜ਼ਨ ਹੋਵੇ, ਜਿਹਨੂੰ ਪਤਾ ਹੈ ਕਿ ਮੈਂ ਕਿਵੇਂ ਪੰਜਾਬ ਲੈ ਕੇ ਜਾਣਾ ਹੈ। ਆਹ ਭਗਵੰਤ ਮਾਨ ਵਰਗੇ ਨਹੀਂ, ਜਿਹੜਾ ਭਗਵੰਤ ਮਾਨ ਦਾ ਕਿਹੜਾ ਫੀਲਿੰਗ ਹੀ ਲੈਣ ਵਾਸਤੇ ਚੀਫ ਮਿਨਿਸਟਰ ਬਣਾਇਆ ਕਿ ਮੈਂ ਹੁਣ ਚੀਫ ਮਿਨਿਸਟਰ ਹੈ, ਕਿ ਮੈਂ ਟੈਲੀਫੋਨ ਕਰਕੇ ਬੀਜੇਪੀ ਨੂੰ ਟੈਲੀਫੋਨ ਕਰਕੇ ਇਹਨੂੰ ਚੱਕ ਲਿਆਓ, ਇਹਨੂੰ ਕੁੱਟ ਦਿਓ। ਉਹ ਦੇਖਦਾ ਕਿ ਪਾਵਰ ਚੀਫ ਮਿਨਿਸਟਰ ਦੀ ਕਿ 5 ਸਾਲ ਦਾ ਆਹੀ ਕਰੀ ਜਾਣਾ ਇਹਨੇ, ਕੱਲੀ ਫੀਲਿੰਗ। ਆਹ ਜਿਹੜੇ ਬਣਦੇ ਆ ਮੁੱਖ ਮੰਤਰੀ ਫੀਲਿੰਗ ਲੈਣ ਵਾਸਤੇ ਬਣਦੇ ਆ, ਬਾਦਲ ਸਾਹਿਬ ਬਣਦੇ ਅਸੀਂ ਸੇਵਾ ਕਰਨ ਵਾਸਤੇ, ਪੰਜਾਬ ਦੀ ਤਰੱਕੀ ਵਾਸਤੇ। ਸੋ ਆਹ ਜਿੰਨੀਆਂ ਥੋੜੀਆਂ ਸਮੱਸਿਆ ਹੈ ਉਹਦਾ 1 ਮਿੰਟ ਦਾ ਇਲਾਜ ਹੈ 1 ਤਰੀਕ ਨੂੰ ਤਕੜੀ ਚੋਣ ਨਿਸ਼ਾਨ ਤੇ 2027 ਚ ਵਾਪਸ ਤਕੜੀ ਦੀ ਸਰਕਾਰ ਲਿਆਉਣੀ, 1 ਮਿੰਟ ਦਾ ਕੰਮ ਹੈ। ਅਗਲੇ 5 ਸਾਲਾਂ ਚ ਦੇਖੋ ਕਿਵੇਂ ਚੀਜ਼ਾਂ ਬਣਦੀਆਂ। ਅਸੀਂ ਤਾਂ ਜੇ 10 ਸਾਲ ਸਾਨੂੰ ਮਿਲ ਜਾਂਦੇ ਹੋਰ, ਹੈਦਰਾਬਾਦ ਬੈਂਗਲੋਰ ਬਣੂ, ਇਹਨੂੰ ਅਸੀਂ IT ਤੇ ਟੈਕਸਟਾਈਲ ਦਾ ਹੱਬ ਬਣਾਉਣਾ ਸੀ ਇੰਡੀਆ ਦਾ। ਆਹ ਏਅਰਪੋਰਟ ਤਾਂ ਹੀ ਲੈਂਦਾ ਸੀ ਅਸੀਂ, ਕਿਉਂਕਿ ਕਹਿੰਦੇ ਸਾਡੇ ਇੱਥੇ ਏਅਰਪੋਰਟ ਚਾਹੀਦਾ। ਆਹ ਚੀਜ਼ਾਂ ਸੀ ਉਸੇ ਹਿਸਾਬ ਨਾਲ ਪਲੈਨਿੰਗ ਦੇ ਹਿਸਾਬ ਨਾਲ ਚੱਲੇ ਸੀ, ਪਰ ਬ੍ਰੇਕਾਂ ਤੁਸੀਂ ਲਵਾਤੀਆਂ, ਉਹਦੇ ਕਰਕੇ ਆਪਾਂ ਸਾਰੇ ਪਿੱਛੇ ਚਲੇ ਗਏ। ਸੋ ਮੈਂ ਤਾਂ ਆਹੀ ਬੇਨਤੀ ਫਿਰ ਤੋਂ ਕਰਦਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿੰਨੀ ਪੰਜਾਬ ਦੀ ਆਵਾਜ਼ ਉਠਾਈ ਤੇ ਇਲਾਕੇ ਦੀ ਸੇਵਾ ਕੀਤੀ, ਮੈਨੂੰ ਲੱਗਦਾ ਦੂਜੇ ਜਿੰਨੇ ਕੈਂਡੀਡੇਟ ਨੇੜੇ ਤੇੜੇ ਨਹੀਂ ਖੜ ਸਕਦੇ। ਆਹ ਕੈਂਡੀਡੇਟ ਤਾਂ ਅਕਾਲੀ ਦਲ ਨਹੀਂ, ਤੁਹਾਡੇ ਸਰਕਾਰ ਨੂੰ ਰੋਕਣ ਵਾਸਤੇ ਆਏ ਹੈ, ਹਰਾਉਣ ਵਾਸਤੇ ਆਏ, ਜਿੱਤਣ ਵਾਸਤੇ ਨਹੀਂ ਆਏ। ਇੱਥੇ ਦਿੱਲੀ ਦਾ ਕਾਂਗਰਸ ਦੇ ਝਾੜੂਲੇ ਇਕੱਠੇ ਹੈ, ਚੰਡੀਗੜ੍ਹ ਇਕੱਠੇ ਹੈ, ਤੇ ਇੱਥੇ ਡਰਾਮਾ ਫਿਰ ਲੈਂਦੇ। ਉੱਥੇ ਇਕੱਠੇ ਸਪੀਚਾਂ ਦਿੰਦੇ ਹੈ, ਇੱਕੋ ਹੀ ਸਟੇਜ ਤੇ ਬਹਿ ਕੇ ਸਪੀਚਾਂ ਦਿੰਦੇ, ਜੱਫੀਆਂ ਪਾ ਕੇ ਇੱਥੇ ਉੱਠਦੇ ਹੈ। ਇਸ ਕਰਕੇ ਡਰਾਮਿਆਂ ਤੋਂ ਬਚੀਏ, ਇਹਨਾਂ ਦੇ ਲਾਰਿਆਂ ਤੋਂ ਬਚੀਏ, ਤੇ ਆਪਣੀ ਵਾਪਸ ਸਰਕਾਰ ਲੈ ਕੇ ਆਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।